ਰਾਤਰੀਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੜਾ ਨੈਸ਼ਨਲ ਮੀਡੀਆ ਤੇ ਕਈ ਵਾਰ ਸਵਾਲ ਉੱਠਦੇ ਰਹੇ ਨੇ ਕਿਉਂ ਹੋ ਕਿਸਾਨੀ ਅੰਦੋਲਨ ਬਾਰੇ ਸੱਚਾਈ ਨਹੀਂ ਦਿਖਾਉਂਦੇ ਬਲਕਿ ਅੰਦੋਲਨ ਕਰ ਰਹੇ ਕਿਸਾਨਾਂ ਤੇ ਕਿਸਾਨ ਸਮਰਥਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲੱਗੇ ਰਹਿੰਦੇ ਨੇ ਜਿਸ ਦਾ ਸਬੂਤ ਵੀ ਸਾਹਮਣੇ ਆਉਂਦਾ ਰਿਹਾ ਜਦੋਂ ਅਮਰੀਕਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਹੋਇਆ ਪਰ ਇੱਕ ਨਿੱਜੀ ਚੈਨਲ ਉੱਥੇ ਚਾਰ ਬੰਦੇ ਇਕੱਠੇ ਕਰਕੇ ਪੀਐਮ ਦੀ ਤਾਰੀਫਾਂ ਦੇ ਪੁੱਲ ਬਣ ਰਿਹਾ ਸੀ ਪਹਿਲਾਂ ਸਰਕਾਰ ਨੇ ਵੀ ਕਿਹਾ ਸੀ ਵੈਸੇ ਹੁਣ ਵੀ ਕਹਿੰਦੀ ਹੈ ਕਿ ਕਿਸਾਨ ਤਾਂ ਖੁਸ਼ ਨੇ ਅਸਲੀ ਕਿਸਾਨ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੇ ਕੁਝ ਜਥੇਬੰਦੀਆਂ ਵੀ ਦਿਖਾਈਆਂ ਸੀ ਜੋ ਕਹਿੰਦੀਆਂ ਸੀ ਕਿ ਕਾਨੂੰਨ ਚੰਗੇ ਨੇ ਇਹਨਾਂ ਚੋਂ ਜਥੇਬੰਦੀ ਭੁਪਿੰਦਰ ਮਾਨ ਵੀ ਸੀ ਜੋ ਸੀਐਮ ਖੱਟਣ ਨੂੰ ਕਹਿ ਕੇ ਆਈ ਸੀ ਕਿ ਜੇ ਕਾਨੂੰਨ ਵਾਪਸ ਲਏ ਤਾਂ ਅਸੀਂ ਇਸ ਤੋਂ ਵੀ ਵੱਡਾ ਅੰਦੋਲਨ ਕਰਾਂਗੇ ਹਾਲਾਂਕਿ ਇਹਨਾਂ ਦੀ ਵੀ ਸੱਚਾਈ ਬਾਅਦ ਵਿੱਚ ਸਾਹਮਣੇ ਆਈ ਸਰਕਾਰ ਨੇ ਇੱਕ ਸਰਵੇ ਵੀ ਕਰਾਇਆ ਸੀ ਜੋ ਸਰਕਾਰ ਦਾ ਕਹਿਣਾ ਸੀ ਕਿ ਕਿਸਾਨ ਤਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ ਇੰਨੀਆਂ ਜਥੇਬੰਦੀਆਂ ਨਾਲ ਅਸੀਂ ਗੱਲ ਕੀਤੀ ਹੈ ਤੇ ਸਾਰਿਆਂ ਨੇ ਹਮਾਇਤ ਕੀਤੀ ਹੈ ਹਾਲਾਂਕਿ ਉਹਨਾਂ ਦਾ ਰਿਕਾਰਡ ਵੀ ਸਰਕਾਰ ਨਹੀਂ ਦੱਸ ਪਾਈ ਸੀ ਕਿ ਕਿਹੜੀਆਂ ਉਹ ਜੱਥੇਬੰਦੀਆਂ ਸੀ ਕਿਹੜੇ-ਕਿਹੜੇ ਉਹ ਕਿਸਾਨ ਸੀ ਕਿਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਕੁਝ ਨਹੀਂ ਦੱਸ ਸਕੇ ਪਰ ਹੁਣ ਨਕਲੀ ਕਿਸਾਨ ਨੇਤਾ ਵੀ ਬਣਨ ਲੱਗੇ ਨੇ ਬੀਜੇਪੀ ਪ੍ਰਵਕਤਾ ਕੁਲਦੀਪ ਧਾਲੀਵਾਲ ਜੋ ਕਿ ਪੈਨਲਿਸਟ ਦੇ ਤੌਰ ਦੇ ਉੱਤੇ ਵੱਖ-ਵੱਖ ਚੈਨਲਾਂ ਤੇ ਬੀਜੇਪੀ ਦਾ ਪੱਖ ਰੱਖਦੇ ਨੇ ਪਰ ਚੈਨਲਾਂ ਤੇ ਉਹਨਾਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਦੇ ਬੀਜੇਪੀ ਪ੍ਰਵਕਤਾ ਲਿਖਿਆ ਹੁੰਦਾ ਕਦੇ ਰਾਜਨੀਤਿਕ ਵਿਸ਼ਲੇਸ਼ਕ ਲਿਖਿਆ ਹੁੰਦਾ ਕਦੇ ਕਿਸਾਨ ਨੇਤਾ ਲਿਖਿਆ ਹੁੰਦਾ ਤਾਂ ਇਹ 올ਰਾਊਂਡਰ ਨੇ ਜੋ ਲੋਡ ਦੇ ਹਿਸਾਬ ਦੇ ਨਾਲ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਟਰੋਲ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਨੇ ਇੱਕ ਟਵੀਟ ਵੀ ਸ਼ੇਅਰ ਕੀਤਾ ਕਿ ਮੁਝੇ ਗਾਂਧੀ ਪਰਿਵਾਰ ਕੇ ਸਿੱਖ ਹਿਤਾਇਸ਼ੀ ਹੋਣੇ ਪਰ ਤਕਲੀਫ ਕਿਆ ਹੋਈ ਇन्हे ਮੇਰੇ ਕਿਸਾਨ ਹੋਣੇ ਪਰ ਤਕਲੀਫ ਹੋ ਗਈ ਚਮਚੇ ਮੇਰੀ ਆਈਡੀ ਖੰਗਾਲ ਰਹੇ ਹਨ ਟ੍ਰੋਲ ਕਰ ਰਹੇ ਹਨ ਹਮੇਸ਼ਾ ਸਵਾਗਤ ਹੈ ਚਮਚੋ ਹੈਸ਼ਟੈਗ ਪੁੱਤ ਪੰਜਾਬੀ ਪੁੱਤ ਪੰਜਾਬੀ ਤਾਂ ਕਿਹਾ ਪਰ ਪੰਜਾਬੀ ਚ ਲਿਖ ਨਹੀਂ ਪਾਏ ਪਰ ਉਹ ਇਹ ਦੱਸਣਾ ਭੁੱਲ ਗਏ ਕਿ ਆਖਰ ਹੈ ਉਹ ਕਿਹੜੀ ਜੱਥੇਬੰਦੀ ਦੇ ਕਿਸਾਨ ਆਗੂ ਹੈ ਉਹ ਕਿਹੜੀ ਜਥੇਬੰਦੀ ਦੇ ਕਿਸਾਨ ਨੇਤਾ ਇਹ ਉਹ ਦੱਸਣਾ ਭੁੱਲ ਗਏ ਜੇ ਉਹ ਵੀ ਦੱਸ ਦਿੰਦੇ ਤਾਂ ਸ਼ਾਇਦ ਅੱਗੇ ਦੀ ਜਾਂਚ ਵੀ ਹੋ ਜਾਂਦੀ ਕਿ ਕਿਸਾਨ ਨੇਤਾ ਹੈਗੇ ਵੀ ਜਾਂ ਨਹੀਂ ਜਾਂ ਕਿਹੜੀ ਜਥੇਬੰਦੀ ਦੇ ਨਾਲ ਜੁੜੇ ਨੇ ਉਹ ਜਥੇਬੰਦੀ ਕਾਨੂੰਨਾ ਦੇ ਹਮਾਇਤ ਦੇ ਵਿੱਚ ਹੈਗੀ ਹੈ ਨਹੀਂ ਪਰ ਉਹ ਸਾਰਾ ਕੁਝ ਇਹਨਾਂ ਨੇ ਨਹੀਂ ਦੱਸਿਆ